बच्चियां है नहीं, ठीक है, हूं नहीं है इस टाइम है जी। तो कितने पैसे लेने? 4,000-3,500। छोटी छोटी बच्ची, छोटी तो छोटी बच्ची नहीं आई। कितनी उम्र दी बच्ची? 18 साल, 19 साल, 20 साल दी। इमरान खान को वो सानू खान नु देवे घर बैठ के देवे, असी घर बैनियां इज्जत ना सी बैनियां। लाहौर शहर में आपको पता है कि जगह जगह पर फहाशी के अड्डे बने हुए हैं। इसी तरह लाहौर शहर चुंगी अमर सद्दू में भी बहुत बड़ा फहाशी का अड्डा है। जैसे ही हमने सोचा कि फहाशी के अड्डों पर प्रोग्राम करते हैं, कुछ स्टोरी करते हैं, लोगों को दिखाते हैं कि फहाशी के अड्डों पर कैसे कैसे डीलिंग की जाती है। अभी थोड़ी ही देर गुजरी थी तो चुंगी अमर सद्दू फहाशी के अड्डों पर ये हलचल मच गई थी कि यहाँ पर तो मीडिया आया हुआ है। रेनो पाकिस्तान की वीडियोस देखने के लिए हमारे चैनल को सब्सक्राइब करें और साथ में दिए हुए बेल आइकन पर क्लिक करें, ताकि इसी तरह की हर आने वाली वीडियो आपके पास आसानी पहुंच सके। खुद कर दे या बच्चियां रखी? नहीं, मैं कुड़ियां रखी हूं। कुड़ियां रखी हैं की तुम्हें एडी मजबूरी है? तुम तलाक हुई हुई है? तलाक हुई? कितने बच्चे? कोई बच्चे नहीं। तो फिर तुम एडू क्यों मजबूरी बन गई? जिसम फरोशी फाशी की वजह दसो। मैं किसी की मजबूरी भी आती है? मजबूरी है तो तुम खुद काम कर दे या करवा? नहीं, मैं खुद काम नहीं करती। तुम कितनी देर होगी मेरे को आए खड़ोते जी? तुम मैं यही गल कर रही हूँ ना, मैं खुद काम नहीं करती। खुद काम नहीं कर? नहीं। बच्चियाँ रखी? बच्चियाँ रखी पर लेकिन मेरे को बच्चियाँ अज नहीं है। अज नहीं है? नहीं नहीं। अगर पहले तो तुम कह रहे ये वीडियो के बच्चे बच्चियाँ है? बच्चियाँ है नहीं, ठीक है, हूँ नहीं है इस टाइम है। ਸਾਨੂੰ ਤੁਸੀਂ ਵੀਡੀਓ ਦੇ ਵਿੱਚ ਕਿਹਾ ਕਿ ਸਾਡੇ ਕੋਲ ਬੱਚੀਆਂ ਹੈ? ਬੱਚੀਆਂ ਹੈ ਨਹੀਂ, ਲੇਕਿਨ ਹੁਣ ਕੰਮ ਵਾਸਤੇ ਨਹੀਂ ਇਸ ਟਾਈਮ ਹੈ ਬੱਚੀਆਂ ਮੇਰੇ ਕੋਲ। ਤੇ ਸਾਡੇ ਨਾਲ ਤੁਸੀਂ ਮੇਰੇ ਕੋਲ ਕੰਮ ਵਾਸਤੇ ਆਏ ਤੇ ਨਾ, ਠੀਕ ਹੈ ਨਾ, ਅਸੀਂ ਕੰਮ ਕਰਨਾ ਹੈ। ਡੀਲ ਕਰ ਰਹਾ ਸਾਜੇ ਨਾਲ? ਡੀਲ ਕਰ ਰਹੇ ਹੋ ਨਾ, ਠੀਕ ਹੈ ਨਾ। ਮੈਂ ਡੀਲ ਤੁਸੀਂ ਮੈਂ ਤੁਹਾਡੇ ਕੋਲ 5000 ਮੰਗਣੀ, ਤੁਸੀਂ ਮੈਨੂੰ ਦੇਵੋ ਖਾ ਘਰ ਮੈਂ ਬਹਿ ਕੇ ਖਾਣੀ ਆ, ਮੈਨੂੰ ਦੇਵੋ ਤੁਸੀਂ। ਦਿੰਦੇ ਜੀ ਕੋਈ ਨਹੀਂ? ਕਿਸੇ ਦੀ ਬੱਚੀ ਦੀ ਇੱਜ਼ਤ ਨਿਲਾਮ ਕਰਨਾ? ਬੱਚੀਆਂ ਅਸੀਂ ਘਰੋਂ ਤਾਂ ਨਹੀਂ ਸਾਦੀ ਕੇ ਲਿਆਉਂਦੀਆਂ, छोटी बच्ची नहीं आएगी। ਕਿੰਨੀ ਉਮਰ ਦੀਆਂ ਬੱਚੀਆਂ? 18 ਸਾਲ 19 ਸਾਲ 20 ਸਾਲ ਦੀਆਂ ਆਉਂਦੀਆਂ ਨੇ, ਜਿਹੜੀਆਂ ਆਉਂਦੀਆਂ ਨੇ ਚਲੀ ਜਾਂਦੀਆਂ ਨੇ। ਆਨੀ ਕੰਮ ਮੈਂ ਖੁਦ ਕੰਮ ਮੈਂ ਕਿਕਰ ਨਹੀਂ ਕੀਤਾ। ਅੱਛਾ ਗੱਲ ਤੇ ਸੁਣੋ, ਤੁਸੀਂ ਇਹ ਦੱਸੋ ਸਾਨੂੰ ਕਿ ਜਿਹੜੀਆਂ ਬੱਚੀਆਂ ਨੇ ਉਹ ਲਾਹੌਰ ਦੀਆਂ ਰਹਿਸੀ ਨੇ ਜਾਂ ਕਿਤੇ ਪਿੰਡੋਂ ਲੈ ਕੇ ਆਉਂਦੀਆਂ? ਕੋਈ ਸੁਣੇ ਬਾਹਰੋਂ ਵੀ ਆਉਂਦੀਆਂ ਨੇ, ਕੋਈ ਆਪਣੀ ਮਜਬੂਰੀ ਤੋਂ ਆਉਂਦੀਆਂ ਨੇ। ਮੈਂ ਥੋੜਾ ਨਾ ਘਰ ਬੁਲਾ ਕੇ ਲਿਆਉਂਦੀ ਹਾਂ, ਦੱਸੋ ਨਾ। छोटियां बच्चियां चुके लिया खड़े ना होवोगे किस तरह? नहीं खिलावांगे, बस ठीक है ना, नहीं खिलावांगे। ਤੁਸੀਂ ਖੜੇ ਹੁੰਦੇ ਜੇ ਔਰ ਨਜਾਇਜ਼ ਫਰੋਸ਼ੀ ਕਰਾਉਂਦੇ ਜੇ, ਜਿਸ਼ਮ ਦਾ ਧੰਦਾ ਕਰਾਉਂਦੇ ਜੇ, ਇਸ ਵਜ੍ਹਾ ਤੋਂ ਖਲੋਵਾਂਗੇ? ਬਸ ਠੀਕ ਹੈ ਨਾ, ਸ਼ਿਕਾਇਤ ਨਹੀਂ ਖਲੋਵਾਂਗੇ। ਪਹਿਲੇ ਤੁਸੀਂ ਕਹਿੰਦੇ ਪਹਿਲੇ ਸਾਨੂੰ ਕਿਹਾ ਤੁਸੀਂ ਬੱਚੀਆਂ ਹੈ, ਹੁਣ ਇਸ ਟਾਈਮ ਕਹਿ ਰਹੇ ਜੀ ਨਹੀਂ। ਸੁਣੋ, ਬੱਚੀਆਂ ਹੈ ਜਾਂ ਨਹੀਂ ਹੈ? ਤੁਸੀਂ ਇਮਰਾਨ ਖਾਨ ਨੂੰ ਕਹੋ ਸਾਨੂੰ ਖਾਣ ਨੂੰ ਦੇਵੇ ਘਰ ਬਹਿ ਕੇ ਦੇਵੇ, ਅਸੀਂ ਘਰ ਬਹਿਨੀਆਂ ਇੱਜ਼ਤ ਨਾਲ ਅਸੀਂ ਬਹਿਨੀਆਂ। ਇੱਕ ਤੁਸੀਂ ਇਕੱਲੇ ਜਣੇ ਜੇ ਤੇ ਬੱਚੀਆਂ ਤੁਸੀਂ ਰੱਖਦੇ ਜੇ, ਤੁਹਾਡੇ ਬੱਚੇ ਵੀ ਨਹੀਂ ਹੈ, ਤੁਹਾਡਾ ਕੋਈ ਘਰ ਵੀ ਨਹੀਂ ਹੈ? ਮੇਰੀ ਗੱਲ ਸੁਣੋ, ਬੱਚੀਆਂ ਹੋਣ ਜਾਂ ਨਾ ਹੋਣ, ਬੱਚੇ ਕਿੰਨੇ ਨੇ? ਮੇਰੇ ਬੱਚੇ ਨਹੀਂ ਹੈ ਜੀ। ਮੀਆਂ? ਮੀਆਂ ਵੀ ਨਹੀਂ ਹੈਗਾ। ਮੈਂ ਖੜੀ ਹਾਂ, ਮੇਰੇ ਨਾਲ ਗੱਲ ਕਰੋ। ਇਮਰਾਨ ਖਾਨ ਨੂੰ ਦੇਵੋ 20,000 ਰੁਪਇਆ ਹਰ ਔਰਤ ਨੂੰ, ਮਕਾਨ ਦਾ ਕਿਆ ਕੀ ਦਿੱਤਾ ਉਹਨੇ? ਕੁਛ ਵੀ ਨਹੀਂ ਦਿੱਤਾ। ਮਜਬੂਰੀ ਤੋਂ ਹਰ ਕੋਈ ਨਿਕਲਦਾ, ਸ਼ੌਂਕ ਤੋਂ ਕੋਈ ਵੀ ਨਹੀਂ ਨਿਕਲਦਾ। ਕੀ ਐਸੀ ਮਜਬੂਰੀ ਜੇ ਐਸੀ ਕੀ ਮਜਬੂਰੀ? ਬਸ ਠੀਕ ਹੈ ਨਾ, ਅੱਜ ਤੋਂ ਬਾਅਦ ਨਹੀਂ ਖਲੋਵਾਂਗੇ, ਬਸ। ਨਾਜ਼ਰੀਨ ਤੁਸੀਂ ਦੇਖਿਆ ਵੀ ਦੌੜ ਕੇ ਜਾ ਰਹੀ ਹੈ, ਅਸੀਂ ਉਹਨੂੰ ਪੁੱਛਿਆ ਕਿ ਕੀ ਐਡੀ ਖਾਸ ਮਜਬੂਰੀ ਹੈਗੀ ਹੈ, ਲੇਕਿਨ ਦੌੜ ਕੇ ਕੈਮਰਾਮੈਨ ਕਹਾਂਗਾ ਕਿ ਫੋਕਸ ਕਰਕੇ ਦਿਖਾਏ ਕਿ